पंजाबी स्पोर्ट्स की पुरानी वीडियो रिपोर्ट्स तुसी पंजाबी स्पोर्ट्स डॉट कॉम से जाके देख सकते हो या सानू फेसबुक ट्विटर अते यूट्यूब से जाके फॉलो कर सकते हो। मीरी पीरी क्रिकेट टूर्नामेंट का फाइनल मुकाबला गुलबर्ग अते ईओएस दीआं टीमां विचकार होया। गुलबर्ग ने पहला बल्लेबाजी की पर पहले सैशन विच ही गुलबर्ग नूं काफ़ी झटके लगे अते टीम का स्टार खिडारी बलकियाज खान टीम की उम्मीद अनुसार खेड का मुजहरा ना कर सकया, पर जेजे ने टीम दे स्कोर बोर्ड नूं चलदा रख्या। गुलबर्ग की टीम 20 ओवर भी पूरे ना खेड सकी अते 123 दौड़ा बना के आल आउट हो गई। यही कोशिश हुंदी है एक ऑर्गनाइजर वास्ते कि एक गेम चंगी होवे, फिर दर्शक आउण वो पसंद करन, जिहड़े खिलाड़ी आ खेड रहे वो भी इंजॉय करन, दर्शक भी इंजॉय करन गेम नूं। तो मैनूं लगता कि बड़ी वधिया गेम हुई है जिहड़ी, तो पूरा टूरनामेंट ही ओवरऑल वधिया बड़ा वधिया होया, बहुत कुछ देखण नूं मिलिया। इत्थे इदां दीआं गेमां भी होईआं जिथे तीन तीन चार चार बॉलों के उत्ते चार चार छक्के लगे ने। इत्थे इदां दा मैच भी होया जिथे पंजां बॉलों के उत्ते पंज विकटां डिग्गीआं ने, तो काफ़ी एक्साइटमेंट रही है पूरे टूरनामेंट के विच। तो ओवरऑल इट वॉज वेरी गुड सक्सैस। It was a very close match. Fortunately, the outfield was a little bit slow. It affected the scores, but the semi-final was a very high-scoring game. Today was a very low-scoring game, but the teams batted very well, and it was a very close game. ਸਾਰਿਆਂ ਨੂੰ ਪਹਿਲਾਂ ਜੀ ਇੱਕ ਤਾਂ ਮੈਨੂੰ ਮੁਸੀਬਤਾਂ ਦਾ ਤਾਂ ਜ਼ਿਆਦਾ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਬੇਸਿਕਲੀ ਵੈਦਰ ਦਾ ਹੀ ਹੁੰਦਾ। ਵੈਦਰ ਆਪਣੇ ਨਾਲ ਬਹੁਤ ਵਧੀਆ ਰਿਹਾ, ਕਿ ਪੂਰਾ ਮਹੀਨਾ ਵਧੀਆ ਰਿਹਾ, ਬਟ ਅੱਜ ਸਵੇਰੇ ਥੋੜ੍ਹੀ ਰੇਨ ਸੀਗੀ, ਬਟ ਮੈਨੂੰ ਸੀਗਾ ਡਾਊਟਫੁੱਲ ਸੀਗੀ ਅੱਜ ਮੈਚ ਹੋਊਗਾ ਕਿ ਨਹੀਂ ਹੋਊਗਾ, ਬਟ ਐਂਡ ਆਫ ਦਾ ਡੇ ਗੁੱਡ ਮੈਚ। ਅਤੇ ਦੂਜੀ ਗੱਲ ਹੈਗੀ ਆ, ਥੋੜ੍ਹੀ ਜਿਹੀ ਮੈਂ ਚਾਹੁੰਦਾ ਹੈਗਾ ਵੀ ਆਪਣੇ ਜਿਹੜੇ ਨਾਲ ਦੇ ਪਲੇਅਰ ਹੈਗੇ ਆ ਜਾਂ ਕਮਿਊਨਿਟੀ ਦੇ ਮੈਂਬਰ ਜਿਹੜੇ ਕ੍ਰਿਕਟ ਨੂੰ ਪਿਆਰ ਕਰਦੇ ਹੈਗੇ, ਉਹ ਫਰੰਟ 'ਤੇ ਆਉਣ, ਆ ਕੇ ਥੋੜ੍ਹਾ ਜਿਹਾ ਵਲੰਟੀਅਰ ਵਰਕ ਕਰਨ, ਅਤੇ ਉਹਦੇ ਨਾਲ ਵੀ ਇੱਦਾਂ ਹੋ ਜਾਂਦਾ ਇੱਕ ਟੂਰਨਾਮੈਂਟ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਫਿਨਿਸ਼ ਕਰ ਸਕਦੇ ਹੈਗੇ। ਈਓਐਸ ਦੀ ਟੀਮ ਦੀ ਪਾਰੀ ਸ਼ੁਰੂਆਤ ਵਿੱਚ ਹੀ ਲੜਖੜਾ ਗਈ। ਸ਼ੁਰੂਆਤੀ ਝਟਕਿਆਂ ਤੋਂ ਜਾਪਦਾ ਸੀ ਕਿ ਈਓਐਸ ਗੁਲਬਰਗ ਦੀ ਗੇਂਦਬਾਜ਼ੀ ਅੱਗੇ ਗੋਡੇ ਟੇਕ ਦੇਵੇਗੀ, ਪਰ ਮੈਣੀ ਔਲਖ ਨੇ ਮੈਦਾਨ ਵਿੱਚ ਉਤਰਦਿਆਂ ਹੀ ਦੱਸ ਦਿੱਤਾ ਕਿ ਉਹ ਕਿਸੇ ਦਬਾਅ ਅਧੀਨ ਨਹੀਂ ਖੇਡ ਰਿਹਾ। ਉਸ ਨੇ ਉੱਚੇ ਸ਼ਾਟਸ ਦੀ ਥਾਂ ਗਰਾਊਂਡ ਸ਼ਾਟ ਖੇਡ ਕੇ ਅਤੇ ਇੱਕ ਇੱਕ ਦੋ ਦੋ ਰਨ ਲੈ ਕੇ ਪਾਰੀ ਸੰਭਾਲੀ। ਮੈਰੀ ਆਖਰੀ ਓਵਰ ਵਿੱਚ 47 ਦੌੜਾਂ ਬਣਾ ਕੇ ਆਊਟ ਹੋ ਗਿਆ, ਪਰ ਉਦੋਂ ਤੱਕ ਈਓਐਸ ਜਿੱਤ ਤੋਂ ਸਿਰਫ 4 ਰਨ ਦੂਰ ਸੀ। ਅੰਤ ਵਿੱਚ ਈਓਐਸ ਨੇ ਪਹਿਲੇ ਮੀਰੀ ਪੀਰੀ ਟੂਰਨਾਮੈਂਟ ਉੱਪਰ ਆਪਣਾ ਕਬਜ਼ਾ ਜਮਾ ਲਿਆ। ਬਹੁਤ ਖੁਸ਼ੀ ਹੈ ਭਾਈ, ਅਸੀਂ ਥਰਡ ਟਾਈਮ ਅਸੀਂ ਈਓਐਸ ਨੇ ਮੈਚ ਜਿੱਤਿਆ, ਈਓਐਸ ਨੇ ਟਰੋਫੀ ਜਿੱਤੀ ਆ, ਫੀਲਸ ਗੁੱਡ। ਮੈਚ ਥੋੜ੍ਹਾ ਵੈਟ ਸੀਗਾ, ਸੋ ਥੋੜ੍ਹਾ ਹਾਰਡ ਟੂ ਬੋਲ ਆਉਣ, ਲੇਕਿਨ ਸ਼ੁਰੂ ਸ਼ੁਰੂ ਦੇ ਵਿੱਚ ਵਿਕਟ ਦੇ ਵਿੱਚ ਕਾਫੀ ਨਮੀ ਸੀ, ਮੋਇਸਚਰ ਸੀਗਾ, ਤਾਂ ਬੋਲ ਐਕਚੁਲੀ ਮੂਵ ਹੋ ਰਹੀ ਸੀ, ਅਤੇ ਵੀ ਗੋਟ ਅਰਲੀ ਵਿਕਟਸ, ਅਤੇ 4 ਉਹਨਾਂ ਦੇ ਆਊਟ ਜਲਦੀ ਹੋ ਗਏ ਸੀ ਪਹਿਲੇ 4 ਉਹਨਾਂ 'ਚ, ਅਤੇ ਉੱਥੋਂ ਮੈਚ ਵੀ ਵਰ ਪ੍ਰੀ ਮੱਚ ਇਨ ਦਾ ਗੇਮ, ਅਤੇ ਬਾਅਦ 'ਚ ਬੋਲਰਾਂ ਨੇ ਐਂਡ 'ਤੇ ਆ ਕੇ ਬਰਿੰਦਰ ਨੇ ਵਧੀਆ ਫਿਨਿਸ਼ ਕੀਤੀ। ਸੋ 122 ਸ਼ੁੱਡ ਹੈਵ ਬੀਨ ਈਜ਼ੀ ਟਾਰਗੇਟ, ਲੇਕਿਨ ਉਸਨੂੰ ਪਤਾ ਥੋੜ੍ਹੀ ਵਿਕਟ ਦੇ ਹਜੇ ਵੀ ਮੋਇਸਚਰ ਹੈਗਾ, ਅਤੇ ਇਸ ਕਰਕੇ ਥੋੜ੍ਹਾ ਕਲੋਜ਼ ਚਲੀ ਗਈ। ਬੋਲ ਐਕਚੁਲੀ ਆਊਟਫੀਲਡ ਤਾਂ ਸਲੋ ਹੀ ਹੈ, ਲਗਭਗ ਸਾਰੇ ਮੈਚਸ ਦੀ ਆਊਟਫੀਲਡ ਸਲੋ ਰਹੀ ਆ, ਅਤੇ ਜਦੋਂ ਤੁਸੀਂ ਹਵਾ ਦੇ ਵਿੱਚ ਮਾਰ ਰਹੇ ਸੀ ਅੱਜ, ਕਿਉਂਕਿ ਬੋਲ ਟਰੈਵਲ ਕਰ ਰਹੀ ਸੀ, ਕਿਉਂਕਿ ਡਿਊ ਸੀ ਗਰਾਊਂਡ 'ਤੇ, ਅਤੇ ਬੋਲ ਟਰੈਵਲ ਐਕਚੁਲੀ ਕਰ ਰਹੀ ਸੀਗੀ ਜਿਹੜੀ, ਲੇਕਿਨ ਜਦੋਂ ਤੁਸੀਂ ਗਰਾਊਂਡ 'ਤੇ ਮਾਰਦੇ ਸੀ ਪਾਣੀ ਹੈ, ਫਿਰ ਉਹ ਥੋੜ੍ਹੀ ਬਾਹਰ ਰੁਕ ਜਾਂਦੀ ਸੀਗੀ, ਅਤੇ ਅਸੀਂ ਈਜ਼ੀ ਕਰ ਥੋੜ੍ਹਾ ਲੈਤਾ, ਅਤੇ ਲੇਕਿਨ 122 5 ਹੀ ਆਊਟ ਹੋਇਆ, ਅਤੇ ਅੱਛਾ ਕੀਤਾ। ਸਾਨੂੰ ਹੁਣ ਆਪਣੀ ਫੀਲਡਿੰਗ ਥੋੜ੍ਹਾ ਕੰਮ ਕਰਨਾ ਪੈਣਾ, ਅਸੀਂ ਹਜੇ ਵੀ ਕੁਛ ਕੈਚ ਡਰੋਪ ਕਰ ਰਹੇ ਹਾਂਗੇ, ਅਤੇ ਹੋਪਫੁਲੀ ਅਸੀਂ ਨੈਕਸਟ ਈਅਰ ਆਪਾਂ ਫੀਲਡਿੰਗ ਦੀ ਕੋਸ਼ਿਸ਼ ਕਰਾਂਗੇ, ਅਤੇ ਡੈਥ ਬੋਲਿੰਗ 'ਤੇ ਵੀ ਆਪਣੀ ਵਰਕ ਹਾਰਡ ਕਰਾਂਗੇ, ਅਤੇ ਬੈਟਿੰਗ ਦੇ ਵਿੱਚ ਐਕਚੁਲੀ ਵੀ ਆਰ ਡੂਇੰਗ ਰੀਅਲੀ ਬੈਡ ਇਨ ਦ ਬੈਟਿੰਗ, ਸੋ ਬੈਟਿੰਗ ਵਿੱਚ ਹੁਣ ਆਪਣਾ ਓਪਨਿੰਗ ਦੇ ਵਿੱਚ ਥੋੜ੍ਹਾ ਹੈਲਪ ਤੁਹਾਨੂੰ ਸਾਡੀ ਗੇਮ ਪਰੂਵ ਕਰਨ ਦੀ ਲੋੜ ਆ।